पावन चंदन पेट की माता जयकारा लगाइए सब शक्ति हे मई सचिया महामाई ने गुणगान कर मस्ते बैठी है श्राद्ध के प्रथम पक्ष तो बाद भगवती माता ने सुंदर सुंदर नवरात्रे जेडे के शुभ दिन बुधवार वाले दिन अस्सू के नरात्रे की चाल भगवती महारानी के दरबार के मां के सुंदर स्वरूपा के दर्शन करके भगवती का गुणगान करने वास्ते आ रहे हैं। उस तो पहला मिल के आओ भगवत के चरण में प्रार्थना करिए कि हे महारानी जेडे भी शुभ दिन आपके पावन नवरात्रे के आ रहे हैं सानू तंदुरुस्ती बख्शना मन के उत्साह बख्शना उल्लास बख्शना खुशियां बख्शना कि हर रोज तेरे दरबार के आके तेरी हाजरी हजूरी बैठ के तेरा नाम त्या के अपन चोलियां भर के अपने जीवन में सफल करिए। बड़े ही प्रेम ऐसी ही मंगल कामना लेके भगवत के चरण के आओ रल मिलके मां भगवत का पावन आशीर्वाद प्राप्त करिए और भगवत के चरण बैठ के जो जो भाव मां के दरबार में मिल के गाए जाएंगे आओ पुकार करके भगवत की हाजरी भर के मां का मंगल में नाम लीजिए। दोस्तों बनी परि मेल मिलके मां के सुंदर दे दे के कार्य का के कोट मेरे नाल सारी संगत के बड़े प्यार दे रहा हे मई सच्चिया प्रार्थना करती मैया जी
जगन विनाश Oh,
ਔਰ ਸਭ ਤੋਂ ਪਹਿਲਾਂ ਸ੍ਰੀ ਗਣੇਸ਼ ਜੀ ਦੀ ਪ੍ਰਸੰਨਤਾ ਵਸਦੀ ਇੱਕ ਦੰਗ ਤੱਕ ਸਰਵ ਪ੍ਰਥਮ ਪੂਜਨੀ ਗਣਪਤੀ ਮਹਾਰਾਜ ਦੇ ਪਾਵਨ ਚਰਨਾਂ 'ਚ ਪ੍ਰਾਰਥਨਾ ਲਿਖ ਗਈਏ। ਗਣਪਤੀ ਮਹਾਰਾਜ ਸਤਿਗੁਰੀ ਦਾਤਾ ਰਿੱਧੀ ਸਿੱਧੀ ਪ੍ਰਦਾਨ ਕਰਨ ਵਾਲੇ ਨੇ, ਉਹਨਾਂ ਦੇ ਪਾਵਨ ਚਰਨਾਂ ਦੇ ਵਿੱਚ ਪ੍ਰਣਾਮ ਕਰਕੇ ਕਿ ਸੁੰਦਰ ਸੁੰਦਰ ਪੇਟਾਂ ਮਤਵਦੀ ਦੇ ਸਸਤੇ 'ਚ ਬੈਠ ਕੇ ਮਾਂ ਦੇ ਦਰਬਾਰ 'ਚ ਭਗਵਤੀ ਦੇ ਸਾਹਮਣੇ ਬੈਠ ਕੇ ਆਰਾਧ ਦੇ ਚਰਨਾਂ 'ਚ ਗਾਵਾਂਗੇ। ਗਣਪਤੀ ਉਸਤਵ ਜੀ ਬੜੇ ਹੀ ਪ੍ਰੇਮ ਦੇ ਨਾਲ ਸਭ ਤੋਂ ਪਹਿਲਾਂ ਆਓ ਮਿਲ ਕੇ ਭਗਵਤ ਦੇ ਚਰਨਾਂ 'ਚ ਗਾਈਏ। ਬੋਲ ਪਿਆਰ ਨਾਲ ਸੁਣ ਕੇ ਜਿੰਨੀ ਵੀ ਸੰਗਤ ਭਗਵਤੀ ਦੇ ਸਾਹਿਤ ਸਮਿਤ ਬੈਠੀ ਹੈ ਪਿਆਰ ਦੇ ਨਾਲ ਭਗਵਤ ਦੇ ਸਾਹਮਣੇ ਆ ਕੇ ਪਿਆਰੇ ਪਿਆਰੇ ਬੋਲ ਮਿਲ ਕੇ ਗਾਓ, ਹਾਜ਼ਰੀ ਲਗਾਓ। ਮਹਾਰਾਣੀ ਸਭ ਦਾ ਕਲਿਆਣ ਕਰੇ, ਸਭ ਦੀਆਂ ਚੋਰੀਆਂ ਭਰੇ, ਸ੍ਰੀ ਗਣੇਸ਼ ਦੀ ਆਰਾਧਨਾ ਬੜੇ ਪ੍ਰੇਮ ਨਾਲ ਕੇ ਭਗਵਤ ਮਾਤਾ ਦਾ ਚਰਨ ਸਭ ਨੇ ਪਾਏ। Thank you.
ovo vrijeme da ga vrata. Tum ti taj,
भक्ति करी है। Bye.
ਦੇ ਚਰਨਾਂ ਵਿੱਚ ਜੋ ਜੋ ਭਗਵਤ ਦੇ ਦਰਬਾਰ ਦੇ ਵਿੱਚ ਅੱਸੂ ਦੇ ਨਰਾਤਿਆਂ ਦੀ ਚਾਲ ਮਾਂ ਭਗਵਤ ਦੇ ਪਾਵਨ ਪਵਿੱਤਰਤਮ ਨਵਰਾਤਰੇ ਜਿਹੜੇ ਆ ਰਹੇ ਹਨ, ਮੂਰਤ ਹੈ ਪਿਆਰ ਦੀ ਤੂੰ ਦੁਨੀਆਂ ਰਚਾਉਣ ਵਾਲੀ, ਹੜਤਾਲ ਪੁਤਲੀਆਂ ਦੀ ਤੀ ਇਉਂ ਹਿਲਾ ਰਹੀ ਹੈ, ਜਿਸਦੀ ਹੈ ਵਾਰ ਹੁੰਦੀ ਉਸਨੂੰ ਬੁਲਾ ਰਹੀ ਹੈ। ਸੁਰਿੰਦਰ ਜੀ ਬਹੁਤ ਹੀ ਪਿਆਰੀ ਭਗਵਤ ਦੇ ਚਰਨਾਂ ਵਿੱਚ ਪਿਆਰੀ ਪਿਆਰੀ ਰਚਨਾ ਕੁਝ ਸਾਹਿਬ ਜੀ ਦੀ ਗਾ ਰਹੇ ਹਨ। ਆਓ ਪ੍ਰੇਮ ਨਾਲ ਪੇਟ ਦਾ ਆਨੰਦ ਲੈ ਕੇ ਮਾਂ ਦੀ ਮੂਰਤ ਦੇ ਵਿੱਚ ਦੇ ਦਰਬਾਰ ਦੇ ਵਿੱਚ ਬੈਠ ਕੇ ਬੜੇ ਪਿਆਰੇ ਬੋਲ ਮਾਂ ਨੂੰ ਸਤਿਕਾਰ ਕੇ ਭਗਵਤ ਦੀ ਹਾਜ਼ਰੀ ਭਰੀਏ ਔਰ ਭਗਵਤ ਦੇ ਚਰਨਾਂ 'ਚ ਬੈਠ ਕੇ ਮੰਗਲ ਗਾ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਸੁੰਦਰ ਜੀ ਮਾਂ ਭਗਵਤ ਦੇ ਪਾਵਨ ਚਰਨ ਸਾਹਿਬ ਜੀ ਆਹ।
आकाश तेरा साया, अग्नि पवन ते पानी दा मेल तू कराया, आज जिस करे की वर्णन ते अंत तेरी माया, हे आदि शक्ति जगदीश्वरी कल्याण स्वरूपा, नव दुर्गा नवरात्रे वाली आपके पावन गुणा दा गुणगान अस की कर सकते हैं, आप अपरंपार हो, तो आओ एक और वंदना सुंदरी माँ भगवत चरणन नाते आ रहे हैं, और प्यारा संदेश यही है कि ए संग भवानी दा माँ कल्याणी दा नियम बना रहा है तू, इस जिंदगानी दा दरबार आया कर, दीदार पाया कर, शोभा तू सुन माँ दी पुस्तक में गा रहा नाते मां दे आ रहे हैं, हर रोज दरबार आओ भगवत के चरण में बैठ के हाजिरी भरो, और हर रोज ठीक 9 बजे ज्योति का प्रकाश महारानी के चरणों में असी कर देना, तो प्रेम से जय माता दी, 9 बजे माता की ज्योति प्रज्वलित हो जाएगी, और सारी संगत के चरणों मेरी प्रार्थना है कि समय से आके भगवत के दरबार की शोभा में बैठ के माता नाम ले आओ, और जय जय बुलाई जा बोली का तू जय जय भगत के चरण प्यारी प्यारी रचना सदे श्री राम लाज लिखी हुई सुंदर श्री माते चरण चकारे हैं आओ मिल के भगत के चरण प्यारे प्यारे बोल के Ah.
ਚੌਂਕ ਦੇ ਵਿੱਚ ਕਿਸੇ ਦੀ ਗੱਡੀ ਲੱਗੀ ਹੈ 1008 ਨੰਬਰ ਪਰ ਹੁਣ ਥੋੜਾ ਸਾਈਜ਼ ਤੇ ਕਰ ਲਓ ਕੁਝ ਕੁਝ ਦੁਰਦਾ ਪੈ ਗਿਆ ਤੋ ਅੱਸੂ ਦੇ ਨਰਾਤੇ ਆ ਰਹੇ ਨੇ ਨਰਾਤਿਆਂ ਦਾ ਕ੍ਰਮ ਐਤਕੀ ਇਸ ਤਰ੍ਹਾਂ ਦਾ ਹੈ ਕਿ ਪਹਿਲਾ ਤੇ ਦੂਜਾ ਨਰਾਤਾ ਅਸੀਂ ਇਕੱਠਾ ਕਰਨਾ ਕਵੋ ਪ੍ਰੇਮ ਸੇ ਜੈ ਮਾਤਾ ਬੁੱਧਵਾਰ ਵਾਲੇ ਦਿਨ ਪਹਿਲੀ ਤੇ ਦੂਸਰੀ ਹਾਜ਼ਰੀ ਇਕੱਠੀ ਲਗਾਵਾਂਗੇ ਫਿਰ ਤੀਜਾ ਨਾਲ ਚੌਥਾ ਪੰਜਵਾਂ ਛੇਵੀਂ ਤੋਂ ਬਾਅਦ ਫਿਰ ਛੇਵਾਂ ਮਤਲਬ ਕਿ ਛੇਵੇਂ ਨਰਾਤੇ ਐਤਕੀ ਦੋ ਨੇ ਸੱਤਵੀਂ ਜਿਹੜੀ ਹੈ ਉਹ ਮੰਗਲਵਾਰ ਹੈ ਤੇ ਫਿਰ ਮੁੜ ਕੇ ਅਸ਼ਟਮੀ ਬੁੱਧਵਾਰ ਨੂੰ ਆ ਜਾਏ ਕਵੋ ਪ੍ਰੇਮ ਸੇ ਜੈ ਮਾਤਾ ਪਹਿਲੀ ਦੂਸਰੀ ਹਾਜ਼ਰੀ ਕੱਚੀ ਫਿਰ ਤੀਜਾ ਚੌਥਾ ਪੰਜਵਾਂ ਫਿਰ ਛੇਵਾਂ ਨਰਾਤਾ ਫਿਰ ਛੇਵਾਂ ਛੇਵੇਂ ਨਰਾਤੇ ਦੋ ਹੋ ਗਏ ਤਿਥੀਆਂ ਘਟਦੀਆਂ ਵੱਧਦੀਆਂ ਰਹਿੰਦੀਆਂ ਨੇ ਉਸ ਕ੍ਰਮ ਚ ਤੁਹਾਨੂੰ ਸਮਝਾਇਆ ਤੇ ਸੱਤਵੀਂ ਅਸੀਂ ਮੰਗਲਵਾਰ ਤੇ ਬੁੱਧਵਾਰ ਨੂੰ ਫਿਰ ਅਸ਼ਟਮੀ ਫਿਰ ਵੀਰਵਾਰ ਨੂੰ ਨੌਵੀਂ ਤੇ ਫਿਰ ਅੱਗੇ ਜਾ ਕੇ ਸ਼ੁੱਕਰਵਾਰ ਦਸਹਿਰਾ ਸਹਿਰ 19 ਅਕਤੂਬਰ ਵਾਲੇ ਦਿਨ ਹਾਂਜੀ ਉਸ ਤੋਂ ਬਾਅਦ ਫਿਰ ਨਾਲ ਪੰਦਰਵਾੜਾ ਆ ਜਾਏ ਬੜੀ ਲੰਬੀ ਯਾਤਰਾ ਹੈਗੀ ਜਿਹੜਾ ਤੰਦਰੁਸਤ ਹੋ ਕੇ ਬੈਠੋ ਕਹੋ ਪ੍ਰੇਮ ਸੇ ਜੈ ਮਾਤਾ ਜੀ ਹਾਂ ਮੁੜ ਕੇ ਉਹ ਚਾਲ ਆ ਗਈ ਦਿਨ ਰਾਤ ਕੇ ਉਹ ਦੁਆਰ ਸਾਨੂੰ ਦਿਸੇ ਬਾਰ ਬਾਰ ਅੱਸੂ ਦੀ ਬਹਾਰ ਆ ਗਈ ਪਵਨ ਜੀ ਭਗਵਤ ਦੇ ਚਰਨਾਂ ਚ ਪੇਟ ਕਰ ਰਹੇ ਹਨ ਆਓ ਮਿਲ ਕੇ ਆਨੰਦ ਲਈਏ ਔਰ ਭਗਵਤ ਦੀ ਮਾਤਾ ਦੇ ਚਰਨਾਂ ਚ ਮਾਤਾ ਨਾਮ ਕੀ ਹੈ
ਮਿੱਠੀਆਂ ਮੁਰਾਦਾਂ ਗੁਰ ਸਾਂਝੇ ਦਰਬਾਰ ਕੀ ਜੈ। ਮਿੱਠੀਆਂ ਹੀ ਮੁਰਾਦਾਂ ਮਹਾਰਾਣੀ ਦੀ ਕੌੜੀਆਂ ਤੋਂ ਨੰਦੀਆਂ ਜੀ, ਜਿਹੜਾ ਮਾਤਾ ਦੇ ਦਰਬਾਰ ਦੇ ਵਿੱਚ ਆ ਕੇ ਬੈਠਦਾ, ਮਾਂ ਦੀ ਸਿਰ ਦੇ ਵਿੱਚ ਭਗਵਤੀ ਦੇ ਦਰਬਾਰ ਦਰਸ਼ਨ ਕਰਦਾ, ਮਾਂ ਦੀ ਮੰਗਲਮਈ ਮੂਰਤ ਸਭ ਨੂੰ ਮਿੱਠੀਆਂ ਮਿੱਠੀਆਂ ਮੁਰਾਦਾਂ ਨਾਲ ਨਵਾਜ਼ਦੀ ਜਾਂਦੀ ਹੈ। ਕਹੋ ਪ੍ਰੇਮ ਸੇ ਜੈ ਮਾਤਾ ਦੀ। ਸਾਡੀ ਲਾਲੀ ਜੀ ਵੀ ਪੁਸ਼ਪ ਭਗਵਤ ਦੇ ਚਰਨਾਂ 'ਚ ਸਮਰਪਿਤ ਕਰਨਗੇ। ਇਹ ਜਨਨੀ ਕਦ ਹੋਵੋਗੇ ਦਇਆਲ, ਇਹ ਵੀ ਭਾਵ ਹੈ ਸਵਰਗੀ ਸ੍ਰੀ ਰਾਮ ਲਾਲ ਜੀ ਦਾ ਲਿਖਿਆ ਹੋਇਆ। ਇਹਨਾਂ ਦੀ ਇੱਕ ਬੂੰਦ ਦਾ ਪਿਆਸਾ ਰਹਿ ਨਾ ਜਾਵਾਂ ਮੈਂ ਬੇਆਸਾ। ਬੜੇ ਪਿਆਰੇ ਬੋਲ ਮਿਲ ਕੇ ਆਓ ਮਾਂ ਦੇ ਚਰਨਾਂ 'ਚ ਗਾ ਕੇ ਭਗਵਤ ਦੀ ਹਾਜ਼ਰੀ ਭਰੀ ਹੈ। ਪਿਆਰੀ ਪਿਆਰੀ ਰਚਨਾ ਲਾਲੀ ਜੀ ਮਾਂ ਦੇ ਚਰਨਾਂ 'ਚ ਕਹਿ ਚੁੱਕੇ। Thank you.
बुधवारी फिर मां की अष्टमी आएगी और भगवती माता के चरण बैठ के मां का मंगल गान सब मिलके करन, भगवती सब को सदा भेजे, सब के दिलों की तार खड़कावे, सारे चल के मां के दरबार से आन, सब मिलके भगवंत का मंगल गा के अपनी जीवा को पवित्र करके मां के गुणा का गुणानुवाद करके अपनी हाजरी लगा के अपनी चोटियां पर। तो लाओ एक वंदना होर आखिर और उस तरह फिर भोग पाएगा प्रसाद शब्द लेके जाना है। प्यारे प्यारे बोल मिलके मां भगवती की उस सारी संगत के कहें
दूसरे Easily.
Thank you.
मंगलमयी।